ਸੋ ਜਿੱਥੇ ਅਸੀਂ ਗੋਡ ਗਵਰਨੈਂਸ ਪੰਜਾਬ ਦੇ ਲੋਕਾਂ ਨੂੰ ਦੇਣੀ ਆ ਉੱਥੇ ਅਸੀਂ ਜਿਹੜੇ ਸਾਡੇ ਹਿਸਟੋਰੀਕਲ ਥਾਵਾਂ ਨੇ ਜਿਹੜੀਆਂ ਲੋਕਾਂ ਦੇ ਜਜ਼ਬਾਤਾਂ ਦੇ ਨੇੜੇ ਨੇ ਉਹਨਾਂ ਥਾਵਾਂ ਨੂੰ ਜਿਹੜਾ ਵਿਚਾਰਿਆ ਗਿਆ ਪਿਛਲੇ ਸਮੇਂ ਦੇ ਅੰਦਰ ਉਹਨਾਂ ਦੀ ਡਿਵੈਲਪਮੈਂਟ ਕੀਤੀ ਜਾਵੇ ਸੋ ਇਸ ਕਰਕੇ ਜੰਗਲਾਤ ਮਹਿਕਮੇ ਵੱਲੋਂ ਜੰਗਲਾਤ ਪ੍ਰਫੁੱਲਤ ਹੋਣ ਉਹਨਾਂ ਨੂੰ ਹੋਰ ਪ੍ਰਮੋਟ ਕੀਤਾ ਜਾਵੇ ਇਸ ਸਾਲ 1,20,00,000 ਜਿਹੜਾ ਆ ਬੂਟਿਆਂ ਦਾ ਟੀਚਾ ਪੰਜਾਬ 'ਚ ਮਿੱਥਿਆ ਗਿਆ ਸੀ ਔਰ ਮੈਨੂੰ ਖੁਸ਼ੀ ਹੈ ਕਿ ਲੋਕਾਂ ਦੀ ਪਰਸੈਪਸ਼ਨ ਚੇਂਜ ਹੋਈ ਆ ਅਰਕਾਂ ਬਹੁਤ ਸਾਰੇ ਲੋਕਾਂ ਨੇ ਬੂਟੇ ਲਾਏ ਆ ਐਨਓਜੀ ਨੇ ਲਾਏ ਆ ਆਪਣਾ ਜਿਹੜੇ ਸਾਡੇ ਮਤਲਬ ਡਿਪਾਰਟਮੈਂਟ ਦੇ ਅੰਦਰ ਕੈਂਪਾ ਯੋਜਨਾ ਤਹਿਤ ਉਹਦੇ ਮੁਤਾਬਕ ਬੂਟੇ ਲੱਗੇ ਆ ਸੋ ਨਾਲ ਨਾਲ ਕਿਸਾਨਾਂ ਨੇ ਆਪਣੀ ਜ਼ਮੀਨ ਨਿੱਜੀ ਮਾਲਕੀ ਤੋਂ ਵੀ ਜਿਹੜੀ ਆ ਜੰਗਲਾਂ ਨੂੰ ਦਿੱਤੀ ਆ ਸੋ ਜੰਗਲਾਂ ਦੇ ਨਾਲ ਨਾਲ ਜਿਹੜੇ ਜੰਗਲੀ ਜੀਵ ਨੇ ਉਹਨਾਂ ਨੂੰ ਮਤਲਬ ਜਿਹੜਾ ਸੁਰੱਖਿਅਤ ਰੱਖਣਾ ਉਹਨਾਂ ਦੀ ਗਿਣਤੀਆਂ ਵਧਾਉਣੀਆਂ ਜੀਵ ਸਾਡੇ ਸੱਭਿਆਚਾਰ ਦਾ ਬਹੁਤ ਵੱਡਾ ਹਿੱਸਾ ਨੇ ਸੋ ਅੱਜ ਅਸੀਂ ਵਾਈਲਡ ਲਾਈਫ ਦਾ ਜਿਹੜਾ ਇੱਕ ਵੱਡਾ ਕੇਂਦਰ ਕਹਿ ਸਕਦੇ ਹਾਂ ਆਪਾਂ ਕੇਸੋਪੁਰ ਸੰਭ ਜਿੱਥੇ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ ਤੁਸੀਂ ਦੇਖਿਆ ਸਿਆਲ ਦੇ ਅੰਦਰ ਬਰਫੀਲੇ ਦਿਨਾਂ 'ਚ ਬਹੁਤ ਵੱਡੀ ਤਾਦਾਦ ਜਿਹੜੇ ਉਹ ਪੰਛੀ ਆਉਂਦੇ ਆ ਵੱਖ ਵੱਖ ਰੰਗਾਂ ਦੇ ਸੋ ਇਹ ਕੇਸੋਪੁਰ ਸੰਭ ਜਿਹੜਾ ਆ ਬੜਾ ਵੱਡਾ ਸੋ ਗੁਰਦਾਸਪੁਰ ਦੇ ਮਤਲਬ ਲੋਕਾਂ ਲਈ ਵੀ ਅਤੇ ਪੰਜਾਬ ਦੇ ਲੋਕਾਂ ਲਈ ਵੀ ਇਹ ਖਿੱਚ ਦਾ ਕੇਂਦਰ ਬਣੇ ਇੱਥੇ ਅੱਜ ਅਸੀਂ ਸਟੱਡੀ ਕਰਨ ਲਈ ਆਏ ਹਾਂ ਅਸੀਂ ਚਾਹੁੰਦੇ ਹਾਂ ਵੀ ਕੋਈ ਇੱਥੇ ਇਹਨੂੰ ਕਿਵੇਂ ਪ੍ਰਮੋਟ ਕੀਤਾ ਜਾਵੇ ਅੱਜ ਇਹਦੀ ਸਟੱਡੀ ਕਰਨ ਲਈ ਆਇਆ ਮੇਰੇ ਨਾਲ ਵਾਈਲਡ ਲਾਈਫ ਦੇ ਵੱਡੇ ਅਧਿਕਾਰੀ ਵੀ ਆਏ ਨੇ ਔਰ ਮੈਨੂੰ ਖੁਸ਼ੀ ਹੈ ਮੇਰੇ ਦੋ ਵੱਡੇ ਭਰਾ ਰਮਨ ਬੈਲ ਜੀ ਔਰ ਸ਼ਮਸ਼ੇਰ ਸਿੰਘ ਜੀ ਜਿਹੜੇ ਅਗਵਾਈ ਕਰ ਰਹੇ ਨੇ ਆਪਣੇ ਆਪਣੇ ਇਲਾਕਿਆਂ ਦੀ ਔਰ ਇਹ ਵੀ ਲਗਾਤਾਰ ਯਤਨਸ਼ੀਲ ਨੇ ਇਸ ਗੁਰਦਾਸਪੁਰ ਨੂੰ ਮਤਲਬ ਵਧੀਆ ਬਣਾਉਣ ਦੇ ਵਿੱਚ ਸੋ ਇਹਨਾਂ ਦੀਆਂ ਜੋ ਵੀ ਇੱਥੇ ਮਤਲਬ ਹੋਣਗੀਆਂ ਰਿਕੁਆਇਰਮੈਂਟ ਹੋਊਗੀ ਜੋ ਵੀ ਇਹ ਕਹਿਣਗੇ ਅਸੀਂ ਕਰਾਂਗੇ ਅੱਜ ਅਸੀਂ ਕੇਵਲ ਇਹਦੀ ਸਟੱਡੀ ਕਰਨ ਲਈ ਆਏ ਹਾਂ ਔਰ ਇੱਥੇ ਇਨ ਫਿਊਚਰ ਵੱਡੀ ਇਨਵੈਸਟਮੈਂਟ ਜਿਹੜੀ ਆ ਕਰਕੇ ਗੁਰਦਾਸਪੁਰ ਦੇ ਲੋਕਾਂ ਲਈ ਇੱਕ ਸੈਰ ਸਪਾਟੇ ਦਾ ਵਧੀਆ ਕੇਂਦਰ ਬਣਾ ਕੇ ਅਸੀਂ ਦੇਣਾ ਭਾਵੇਂ ਇਹਦੇ ਲਈ ਕਰੋੜਾਂ ਰੁਪਏ ਵੀ ਸਾਨੂੰ ਲਾਣੇ ਪੈਣਗੇ ਉਹ ਜਿੱਥੇ ਜਿੱਥੇ ਵੀ ਲੋੜ ਹੋਊਗੀ ਅਸੀਂ ਕਰਾਂਗੇ ਵਿਧਾਇਕ ਨੇ ਅਮਰਜੀਤ ਸਿੰਘ ਸੰਧੋਆ ਉਹਨਾਂ ਦੇ ਜੰਗਲਾਤ ਮਾਮਲੇ ਵਿੱਚ ਜਿਹੜਾ ਕਰਪਸ਼ਨ ਹੋਈ ਸੀ ਪਿਛਲੇ ਬਨੇ ਘੁਟਾਲਾ ਹੋਇਆ ਸੀਗਾ ਵਿਜੀਲੈਂਸ ਦੇ ਜਾਂਚ ਦੇ ਘੇੜੇ ਵਿੱਚ ਨੇ ਜੀ ਮੈਂ ਤੁਹਾਡੇ ਕੋਲ ਸੁਣਿਆ ਮੇਰੇ ਨੋਟਿਸ 'ਚ ਨਹੀਂ ਆਇਆ ਅੱਜ ਆਇਆ ਦੇਖੋ ਆਮ ਆਦਮੀ ਪਾਰਟੀ ਦਾ ਮਾਨਯੋਗ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਬੜਾ ਸਪਸ਼ਟ ਸਟੈਂਡ ਹੈ ਇਹ ਸਰਕਾਰ ਨੇ ਆਪਣੇ ਘਰੋਂ ਹੀ ਜਿਹੜਾ ਆ ਨਾ ਉਹ ਝਾੜੂ ਫੇਰਨਾ ਸ਼ੁਰੂ ਕੀਤਾ ਤੁਹਾਡੇ ਸਭ ਦੀ ਨਿਗਾਹ ਦੇ ਵਿੱਚ ਹੈ ਸਾਡਾ ਵੱਡਾ ਟਾਪ ਦਾ ਮੰਤਰੀ ਉਹ ਨਾ ਕੇਵਲ ਬਰਖਾਸਤ ਕੀਤਾ ਉਹਦੇ ਖਿਲਾਫ਼ ਪਰਚਾ ਦਰਜ ਕਰਾ ਕੇ ਜੇਲ੍ਹ 'ਚ ਭੇਜਿਆ ਸੋ ਇਸ ਕਰਕੇ ਕਰਪਸ਼ਨ ਦੇ ਮਾਮਲੇ ਦੇ ਉੱਤੇ ਜਿਹੜਾ ਜ਼ੀਰੋ ਟੋਲਰੈਂਸ ਦਾ ਸਾਡਾ ਕੰਟੈਂਟ ਹੈਗਾ ਸਰਕਾਰ ਦਾ ਉਹਦੇ ਉੱਤੇ ਕੰਮ ਕਰਾਂਗੇ ਜਿਹੜਾ ਮਰਜ਼ੀ ਜ਼ਿਲ੍ਹਾ ਰੋਪੜ ਦੇ ਵਿੱਚ ਰੂੜਾ ਪਿੰਡ ਹੈ ਜੀ ਕੁਝ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਲੈਕਟ ਤੋਂ 10 ਗੁਣਾ ਜ਼ਿਆਦਾ ਜਿਹੜੀ ਵੇਚੀ ਗਈ ਆ ਉਸੇ ਮਾਮਲੇ ਦੇ ਵਿੱਚ ਜਿਹੜਾ ਵਿਜੀਲੈਂਸ ਦੇ ਜਾਂਚ ਦੇ ਘੇੜੇ ਨੇ ਉਹ ਇੱਕ ਪਿੰਡ ਨਹੀਂ ਹੈਗਾ ਮੈਂ ਤੁਹਾਡੀ ਜਾਣਕਾਰੀ 'ਚ ਵਾਅਦਾ ਕਰ ਦਿੰਦਾ ਉਹ 3 ਪਿੰਡ ਨੇ ਜਿਹੜੇ ਡੀ ਲਿਸਟਡ ਕੀਤੀ ਹੋਈਆਂ ਜ਼ਮੀਨਾਂ ਨੂੰ ਮਤਲਬ ਉਹਨਾਂ ਨੇ ਵੇਚਿਆ ਸੋ ਉਹਦੇ ਸਬੰਧ 'ਚ ਇੱਕ ਸਾਡਾ DFO ਜੇਲ੍ਹ ਦੇ ਵਿੱਚ ਹੈ ਦੋ ਅਸੀਂ ਸਸਪੈਂਡ ਕੀਤੇ ਹੋਏ ਆ ਔਰ ਜਿਹੜੀ ਵਿਦਨ ਡਿਪਾਰਟਮੈਂਟ ਇਨਕੁਆਇਰੀ ਚੱਲ ਰਹੀ ਹੈ ਉਹਦੇ ਵਿੱਚ ਉਹ ਡਿਸਮਿਸ ਵੀ ਹੋ ਸਕਦੇ ਆ ਵੀ ਸਕੋਪ ਹੈਗਾ ਨਹੀਂ ਲਾਜ਼ਮੀ ਮੈਂ ਅੱਜ ਤੁਹਾਡੇ ਕੋਲ ਸੁਣ ਰਿਹਾ ਜੇ ਉਹ ਇਸ ਕਿਸਮ ਦਾ ਪਾਇਆ ਜਾਂਦਾ ਤਾਂ ਆਮ ਆਦਮੀ ਪਾਰਟੀ ਤੋਂ ਆਸ ਰੱਖੋ ਵੀ ਉਹ ਆਪਣੇ ਘਰ ਦੇ ਵਿੱਚ ਵੀ ਝਾੜੂ ਫੇਰੇ ਹਾਈ ਕੋਰਟ ਨੇ ਫਟਕਾਰ ਲਗਾਈ ਆ ਆਮ ਆਦਮੀ ਪਾਰਟੀ ਨੂੰ ਮਾਈਨਿੰਗ ਪਾਲਿਸੀ ਨੂੰ ਲੈ ਕੇ ਕਿਹਾ ਵੀ ਜਿਹੜੇ ਮਾਈਨਿੰਗ ਦੋ ਏਰੀਏ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਬੰਦ ਕਰ ਦਿੱਤੀ ਗਈ ਮਾਈਨਿੰਗ ਫਿਰ ਕਿਸ ਤਰ੍ਹਾਂ ਚੱਲੂਗਾ ਜੀ ਨਹੀਂ ਵੈਸੇ ਤਾਂ ਇਹ ਰੇਨ ਸੀਜ਼ਨ ਹੈਗਾ ਆ ਥਰੂ ਆਊਟ ਪੰਜਾਬ ਵੀ ਇਸ ਸੀਜ਼ਨ ਦੇ ਅੰਦਰ ਮਾਨਯੋਗ ਸੁਪਰੀਮ ਕੋਰਟ ਦਾ ਇਹ ਹੈਗਾ ਵੈਸੇ ਨਹੀਂ ਕਰ ਸਕਦੇ ਸੋ ਇਸ ਕਰਕੇ ਮਾਈਨਿੰਗ ਸਮੁੱਚੇ ਪੰਜਾਬ 'ਚ ਹੀ ਬੰਦ ਹੈ 31 ਅਕਤੂਬਰ ਤੱਕ ਇਹ ਮਾਈਨਿੰਗ ਬੰਦ ਹੈ ਪਹਿਲੀ ਨੂੰ ਜਿਹੜੀ ਮਾਈਨਿੰਗ ਪਾਲਿਸੀ ਆ ਰਹੀ ਹੈ ਜਿਹਨੂੰ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਹੈ ਬਹੁਤ ਸ਼ਾਨਦਾਰ ਮਾਈਨਿੰਗ ਪਾਲਿਸੀ ਹੋਏਗੀ ਤੁਸੀਂ ਉਸ ਪਾਲਿਸੀ 'ਚ ਦੇਖਿਓ ਕਰੈਸਰ ਇੰਡਸਟਰੀ ਨੂੰ ਵੀ ਵੱਡੇ ਮਤਲਬ ਸਕੋਪ ਰੱਖੇ ਗਏ ਆ ਅਤੇ ਉਹਦੇ ਅੰਦਰ ਰੇਤਾ ਬਜਰ ਵੀ ਕਾਫੀ ਸਸਤਾ ਹੈ ਉਹਨੇ ਜੀ ਫਟਕਾਰ ਲਾਈ ਆ ਵੀ ਮਾਈਨਿੰਗ ਗਦਾਫ ਪ੍ਰਾਂਗ ਨਹੀਂ ਹੋਏਗੀ ਵੀ ਉਹ ਖਤਰਾ ਸਿਕਿਉਰਿਟੀ ਪਰਪਸ ਉਹਦੇ ਤੇ ਕੀ ਸਸਤਾ ਨਹੀਂ ਉਹ BSF ਨੇ ਇੱਕ ਰਿਟ ਪਾਈ ਸੀਗੀ ਇੱਕ ਬਿਆਨ ਤੁਸੀਂ ਦੇਖਿਆ ਹੋਣਾ ਪਿਛਲੇ ਦਿਨ ਅਖਬਾਰਾਂ 'ਚ ਆਇਆ ਸੀਗਾ ਵੀ ਅਸੀਂ ਬਾਰਡਰ ਦੇ ਉੱਤੇ ਜਦੋਂ ਸੁਰੱਖਿਆ ਦੇ ਸਵਾਲ ਨੂੰ ਲੈ ਕੇ ਕੰਮ ਕਰਦੇ ਹਾਂ ਅਤੇ ਰਾਤ ਨੂੰ ਕਰੈਸਰ ਚੱਲਦੇ ਤਾਂ ਰੌਲੇ 'ਚ ਪਤਾ ਨਹੀਂ ਲੱਗਦਾ ਵੀ ਜਿਹੜੀ ਐਕਸਰਸਾਈਜ਼ ਬਾਰਡਰ 'ਚ ਹੁੰਦੀ ਆ ਸੋ ਹਾਈਕੋਰਟ ਦੇ ਅੰਦਰ ਪੈਂਡਿੰਗ ਹੈਗਾ ਮਾਮਲਾ ਸਰਕਾਰ ਨੇ ਆਪਣਾ ਜਵਾਬ ਦੇ ਦਿੱਤਾ ਸੋ ਮੈਂ ਇਹ ਜ਼ਰੂਰ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਹਾਂ ਸਾਡੀਆਂ ਸਰਹੱਦਾਂ ਅਸੀਂ ਜੀ ਜਾਨ ਲਾ ਕੇ ਆਪਣੇ ਲਹੂ ਦਾ ਕਤਰਾ ਕਤਰਾ ਵਹਾ ਕੇ ਇਹਨਾਂ ਸਰਹੱਦਾਂ ਦੀ ਰਾਖੀ ਕਰਾਂਗੇ ਪਰ ਨਾਲ ਨਾਲ ਜਿੱਥੇ ਬਿਜ਼ਨਸ ਹੈ ਕਾਰੋਬਾਰ ਹੈ ਉਹਦੀ ਵੀ ਮਤਲਬ ਜਿਹੜੀ ਸੁਰੱਖਿਆ ਜਿਹੜੀ ਮਤਲਬ ਅਸੀਂ ਕਰਾਂਗੇ ਸੋ ਇਸ ਕਰਕੇ ਮਾਈਨਿੰਗ ਐਸ ਪਰ ਲਾ ਹੋਵੇ ਉਹਦੇ ਲਈ ਇੱਕ ਸੈਂਟੀਫਿਕ ਜਿਹੜਾ ਪਾਲਿਸੀ ਬਣ ਗਈ ਹੈ